ਭਾਜੀ ਹੁਣ ਤੱਕ ਤੁਹਾਨੂੰ 2 ਦਿਨ ਹੋ ਗਏ ਹੁਣ ਸਵਿਟਜ਼ਰਲੈਂਡ 'ਚ, ਤੁਹਾਡੀ ਸਭ ਤੋਂ ਪਸੰਦੀਦਾ ਜਗ੍ਹਾ ਕਿਹੜੀ ਆ? ਸਾਡੀ ਸਭ ਤੋਂ ਖੂਬਸੂਰਤ, ਸਭ ਤੋਂ ਵਧੀਆ, ਪਸੰਦੀਦਾ ਤੇ ਸਭ ਤੋਂ ਸੋਹਣੀ, ਸਾਫ ਸੁਥਰੀ, ਕਿਹੜਾ ਕਿਹੜਾ ਘੁਮਾ ਕੇ ਵੀ ਦਿਖਾ ਸਕਦੇ ਇਹ ਭਾਜੀ? ਕਾਰਨ ਵੀ ਦੱਸੋ ਕੀ ਆ? ਕਾਰਨ ਹੈ ਦੇਖੋ ਕਿੱਦਾਂ ਸੋਹਣਾ ਫੀਲ ਹੋ ਰਿਹਾ ਇਹਨਾਂ ਨੂੰ, ਨਾ ਗੱਡੀ ਚ ਇੰਨਾ ਸਵਾਦ ਆਉਂਦਾ, ਨਾ ਇਹਨਾਂ ਨੇ ਘੁੰਮ ਫਿਰ ਕੇ ਸੀਨ ਵਾਦੀਆਂ ਝੋਂਦੇ ਜਿੰਨਾ ਬਾਥਰੂਮ ਖਲੋਤੇ ਖਲੋਤੇ ਦੋਹਰੇ ਬਾਥਰੂਮ ਆ ਗਿਆ ਆਪਾਂ ਵੀ ਨਿਕਲ। ਕਾਰਨ ਦੇਖੋ ਸਾਫ ਮੇਨ ਕਾਰਨ ਇਹ ਹੈ ਜਿਵੇਂ ਬੂਹਾ ਖੋਲੀ ਦਾ ਇੱਕ ਸਲਾਬ ਨੂੰ ਹੁੰਦੇ ਵੀ ਤਾਸ਼ ਦੀ ਬਾਰੀ ਫਿਰ ਇੱਥੇ ਲਾ ਲਈ, ਚੁੱਪ ਕਰਕੇ ਕੁਰਸੀਆਂ ਲੈ ਉਹਦੇ ਇੱਥੇ ਨੰਦ ਨੇ ਤਾਜ਼ੀ ਕਿੱਦਾਂ ਨਜ਼ਾਰਾ ਆਉਂਦੇ ਉਹਨਾਂ ਦੇ ਸੌਣ ਦਾ ਪ੍ਰੋਗਰਾਮ। ਕਈ ਵਾਰੀ ਮੰਨਣੀ ਪਊਗੀ ਗੱਲ, ਇੱਥੋਂ ਕਿੰਨਾ ਹੋਣਾ ਵਾ ਬਾਹਰ ਨਿਕਲਦੇ ਆ ਸਾਰੀ ਬਸ ਆਪਾਂ ਨੂੰ ਜੀ ਸਵਿਟਜ਼ਰਲੈਂਡ ਦੇ ਬਾਥਰੂਮ ਤੇ ਸੋ ਫਾਰ ਉਦਾਂ ਬਾਕੀ ਕੰਟਰੀ ਅਮਰੀਕਾ ਤੋਂ ਆਏ ਸਰ ਤੁਸੀਂ ਵੀ ਦੱਸੋ ਸਾਫ ਸਫਾਈ ਦੇ ਮਾਮਲੇ ਚ ਕਿੱਦਾਂ ਦੀ ਤੁਹਾਨੂੰ? ਸੜਕਾਂ ਏਦਾਂ ਨਾ ਜਿੱਦਾਂ ਅਸੀਂ ਪਹਿਲਾਂ ਗੇਮ ਵੀ ਖੇਡਣ ਲੱਗੇ ਹਾਂ ਵੀ ਸੜਕਾਂ ਤੋਂ ਕੂੜਾ ਚੁੱਕਣਾ ਵਾ, ਸਭ ਤੋਂ ਵੱਧ ਕੂੜਾ ਕਿਹੜਾ ਚੁੱਕੂਗਾ? ਪਰ ਉਹਦੇ ਚੁੱਕਣ ਨੂੰ ਕੁਝ ਹੈ ਹੀ ਨੀ ਇਹਦੇ, ਨਾ ਕੋਈ ਕੋਈ ਨੀ ਹੈਗਾ ਪ੍ਰੋਪਰਟੀ ਪਸੰਦ ਕਰਕੇ ਜਾਣੀ। ਆਹ ਵੇਖੋ ਨਾ ਹੁਣ ਆਹ ਵੀ ਸਿੰਕ ਸੁੰਕ ਭਾਜੀ ਹੈ ਸੁੱਕੇ ਪਏ ਆ, ਆਪਾਂ ਫਰਾਂਸ ਵਗੈਰਾ ਵੀ, ਫਰਾਂਸ ਵੀ ਤਾਂ ਕਲੀਨ ਹੈ ਬਟ ਬਾਥਰੂਮ ਵਗੈਰਾ ਹੈ ਨਾ ਇੰਨਾ ਵਧੀਆ ਨਹੀਂ। ਦੂਜੇ ਦੇਸ਼ਾਂ ਦਾ ਆਪਾਂ ਚਾਹੁੰਦੇ ਹਾਂ ਵੀ ਜਿਹੜਾ ਬਾਥਰੂਮ ਆ ਉਹ ਏਅਰ ਕੰਡੀਸ਼ਨ ਹੋਣਾ ਚਾਹੀਦਾ, ਹਾਂ ਇੱਥੇ ਆਪਾਂ ਚਾਹੁੰਦੇ ਹਾਂ ਫਰਾਂਸ ਨਹੀਂ ਹੈਗੇ ਤਾਂ ਹੀ ਆਪਾਂ 2 ਮਿੰਟ 'ਚ ਨਹਾ ਕੇ ਨਿਕਲ ਜਾਂਦੇ ਹਾਂ ਬਾਹਰ ਨਾ। ਬਟ ਬਾਕੀ ਆ ਵਾਸ਼ ਮਸ਼ੀਨਾਂ ਲੱਗੀਆਂ, ਇਹਦਾ ਉਪਯੋਗ ਸਵੇਰੇ ਕਰਨਾ ਵਾ? ਉਹ ਤੇ ਹੁਣੇ ਕਹਿੰਦੇ ਕਰੋ ਤੇ, ਸਿੱਕੇ ਨਹੀਂ ਹੈਗੇ ਪਰ ਸਾਡੇ ਕੋਲ ਵਿੱਚ ਸਿੱਕੇ ਕਾਰਡ ਨਹੀਂ ਪੈਂਦਾ ਇੱਥੇ, ਆ ਜੀ ਬੜੀ ਇੱਥੇ ਸਿੱਕੇ ਪੈਣੇ 5 ਫਰੈਂਕ ਕਿੰਨੇ ਰੁਪਏ ਬਣ ਗਏ? ਐਵਰੇਜ ਕੱਢੀ ਨਹੀਂ ਇਹਦੀ 4 ਯੂਰੋ ਤੇ ਆਪਣੇ 80 90 80 ਇੰਡੀਆ ਦੇ ਕਿੰਨੇ ਰੁਪਏ ਬਣ ਗਏ? ਹਾਂ ਇੰਡੀਆ ਦੇ ਕਿੰਨੇ ਬਣ ਗਏ? ਇੰਨੇ ਫਰਕ ਆ 400 ਰੁਪਏ ਦੋ ਜਿਹੜੇ ਮਤਲਬ ਲੋਕ ਇੱਥੇ ਮਿਲੇ ਆ, ਪਰ ਉਹ ਮੁੰਡਾ ਬਹੁਤ ਨਾਈਸ ਸੀ ਜਿਹੜਾ ਕੱਲ ਮੋਟਰਸਾਈਕਲ ਘੁਮਾਈ ਫਿਰਦਾ ਸੀ, ਉਹਨੇ ਪੈਸੇ ਵੀ ਵੇਖ ਲਓ, ਉਹਨੇ ਪੈਸੇ ਦੀ ਗੱਲ ਹੀ ਨੀ ਕੀਤੀ, ਕਹਿੰਦਾ ਕੋਈ ਨੀ ਭਾਜੀ ਵੇਖ ਲਓ ਇਮਾਨਦਾਰੀ। ਆਪਾਂ ਸਵੇਰੇ ਗਏ ਉੱਥੇ ਸਾਈਕਲ 8-8 ਹਜ਼ਾਰ ਦੇ ਸਾਈਕਲ ਹੀ ਭਾਜੀ ਫਰੈਂਕ ਦੇ, ਤੇ ਕੋਈ ਤਾਲਾ ਨਹੀਂ ਲੱਗਾ, ਕੋਈ ਤਾਲਾ ਨਹੀਂ ਲੱਗਾ ਭਾਜੀ ਉਹਨਾਂ ਨੂੰ, ਅਲੋਪ ਕੀ ਉੱਥੇ ਹੁਣੇ ਹੀ ਨਹੀਂ ਇਮਾਨਦਾਰੀ, ਹਾਂ ਇੱਥੇ ਹੁਣ ਇਹਨਾਂ ਨੂੰ ਵੇਖ ਲਓ ਸਾਡੇ 'ਤੇ ਯਕੀਨ ਹੈ, ਇੱਥੇ ਕਿਹੜਾ ਕੋਈ ਫਾਟਕ ਲੱਗਾ, ਉਹ ਆਪੇ ਕਹਿੰਦਾ ਵੀ ਜਦੋਂ ਤੁਸੀਂ ਜਾਓਗੇ ਤੇ ਜਾਣ ਲੱਗੇ ਆਪੇ ਪੈਸੇ ਦੇ ਦਿਓ, ਹਨਾ ਕੋਈ ਇਹਨੇ ਪੈਸੇ ਦੀ ਗੱਲ ਵੀ ਨਹੀਂ ਕੀਤੀ ਤੇ ਫੈਸਿਲਿਟੀਆਂ ਕਹਿੰਦਾ ਕਰੋ ਜੀ ਭਾਜੀ ਗੱਲ ਕੋਈ ਨਹੀਂ ਆਪਣੇ ਬੰਦੇ।
ਅੱਛਾ ਇੱਥੇ ਇੱਥੇ ਲੀੜੇ ਧੋਣ ਨੂੰ ਜੇ ਭਾਜੀ ਆਹ ਲੀੜੇ ਧੋਣ ਵਾਲਾ ਉਦਾਂ ਜੇ ਵੀ ਜਿੱਦਾਂ ਆਪਣੇ ਬੰਦੇ ਵੀ ਖੜੇ ਸੀ ਉਹਨਾਂ ਦਾ ਅੰਦਰ ਜਾ ਵੀ ਨਹੀਂ ਪੁੱਛੀ ਚਲੋ ਰਹਿਣ ਦੋ ਵੀ ਕਿਤੇ ਵੀਡੀਓ ਵੇਖ ਲੈਣ ਦੇਖ ਲੈਣ ਸਭ ਚੰਗਾ ਗਾਂ ਕੋਈ ਹੋਰ ਆ ਉਹਦੇ ਚਾਹ ਤੇ ਪੁੱਛਣਗੇ ਆ ਨੂੰ ਆਪਣੇ ਬੰਦਿਆਂ ਦੱਸ ਦੋ ਫਿਰ ਉਹ ਵੀ ਕਹਾਣੀ ਕਿੱਦਾਂ ਮਿਲੀ ਕਿੱਥੇ ਮਿਲੀ ਕਿੱਥੇ ਮਿਲੀ ਕਿਹੜਾ ਪਿੰਡ ਹੀ ਕਿਹੜਾ ਵਿੰਟਰ ਵਰਲਡ ਪੰਜਾਬੀ ਮਿਲੇ ਆਪਾਂ ਅੱਜ ਹੋਰ ਰੈਸਟੋਰੈਂਟ ਧੱਕੇ ਨਾਲ ਹੀ ਉਹਨਾਂ ਦੇ ਨਹੀਂ ਨਹੀਂ ਪਹਿਲਾਂ ਅਸੀਂ ਤਾਂ ਰੋਟੀ ਖਾਣੀ ਸੀ ਚਲੋ ਸਮਝ ਗਏ ਬੰਦ ਸੀ ਨਾ ਪਹਿਲਾਂ ਹੱਥ ਜਾਏਗਾ ਤਾਂ ਇੰਨੇ ਭਾਰੀ ਇੱਥੇ ਕਿਹੜੇ ਕਿੰਨੇ ਕੁ ਪੰਜਾਬੀ ਆ ਨਾ ਸਾਨੂੰ ਓਦਾਂ ਪੰਜਾਬੀ ਦਿਖੇ ਆਪਾਂ ਕੋਈ ਸਾਊਥ ਇੰਡੀਅਨ ਹੀ ਦਿਖਜੇ ਆਪਾਂ ਕਹਿੰਦੇ ਯਾਰ ਉਹ ਸਾਨੂੰ ਦੂਰੋਂ ਕਹਿੰਦੇ ਓਕੇ ਓਕੇ ਠੀਕ ਹੈ ਜਾਓ ਜਾਓ ਪਰ ਢੀਠ ਜੇ ਹੋ ਗਏ ਭਾਜੀ ਨੇ ਫਿਰ ਕੜਕਾਇਆ ਭਾਈ ਕਹਿੰਦਾ ਗੱਲ ਤਾਂ ਸੁਣ ਗੱਲਾਂ ਫਿਰ ਵਾਹ ਭਾਜੀ ਨੇ ਕੀਤੀਆਂ ਨੇ ਨਾ ਬਟ ਨਹੀਂ ਚਲੋ ਨੌਲੇਜ ਆਪਾਂ ਲੈ ਲਈ ਉਹ ਠੀਕ ਹੈ ਨੌਲੇਜ ਉਹਨੇ ਆਪਾਂ ਨੂੰ ਦਿੱਤੀ ਉਹਦੇ ਲਈ ਉਹਦਾ ਧੰਨਵਾਦ ਆ ਪਤੰਦਰ ਝੂਠੀ ਸੋਲਾ ਹੀ ਮਾਰ ਦਿੰਦਾ ਭਾਈ ਆਏ ਨੀ ਤੈਨੂੰ ਚਾਹ ਪੀ ਕੇ ਜਾ ਠੰਡ ਬੜੀ ਹੈ ਬਾਹਰ ਚਾਹ ਪੀ ਤੋਂ ਬਿਨਾਂ ਜਾਣੀ ਨੀ ਤੇਰਾ ਤੁਹਾਨੂੰ ਇੱਦਾਂ ਕਰਨਾ ਚਾਹੀਦਾ ਹੈ ਚਲੋ ਕੋਈ ਨੀ ਅਗਲੇ ਦਾ ਆਪਾਂ ਆਪਣਾ ਸੁਭਾਅ ਓਕੇ ਜੀ ਉਹਨੇ ਚਾਹ ਪੀਣੀ ਤੁਸੀਂ ਕੇਸਰ ਵਾਲਾ ਦੁੱਧ ਪਿਆ ਤਾ ਤਾਸ਼ ਪੁੱਟ ਕੇ ਚੜ੍ਹ ਦੋ ਜਿਹੜਾ ਕੰਮ ਕਰਨਾ ਤਾਸ਼ ਦੀ ਬਾਜੀ ਚਲੋ ਫਿਰ ਭਾਈ ਨਿਕਲਣਾ ਹੀ ਪੈਣਾ ਹੁਣ ਹੁਣ ਤੇ ਠੰਡ 'ਚ ਜਾਣਾ ਹੀ ਪੈਣਾ ਸਾਡਾ ਮੋਟਰ ਹੋਮ ਆ ਇਹ ਸਾਡੀ ਲੋਕੇਸ਼ਨ ਆ ਤੇ ਆਪਾਂ ਪਾਣੀ ਭਰਨ ਚੱਲੇ ਆ ਐਕਸਪਲੇਨ ਕਰ ਦੋ ਸਾਰਾ ਪਾਣੀ ਭਰੀ ਭਰਨ ਦਾ ਇਹੋ ਹੀ ਆ ਨਾ ਹਰੇਕ ਜਦੋਂ ਆਪਾਂ ਇੱਦਾਂ ਦੀ ਜਗ੍ਹਾ ਜਾਂਦੇ ਆਪਾਂ ਸੂਵੀਨੀਅਰ ਇਕੱਠੇ ਕਰਦੇ ਆ ਚਲੋ ਉਹ ਵਾਲੇ ਸੂਵੀਨੀਅਰ ਵੀ ਲਵਾਂਗੇ ਬਟ ਇੱਕ ਨੈਚੁਰਲ ਸੂਵੀਨੀਅਰ ਸਹੀ ਗੱਲ ਆ ਪਿਓਰ ਪਾਣੀ ਜਿੱਦਾਂ ਮੈਂ ਭਾਈ ਨੂੰ ਪਹਿਲਾਂ ਦੱਸਣ ਡਿਆ ਹਾਂ ਭਾਵੇਂ ਉੱਥੇ ਜਾ ਕੇ ਈਬੇ ਤੇ ਲਾ ਦਾਂ ਆਹ ਬੋਤਲ ਭਾਵੇਂ $50 ਦੀ ਹੋਵੇ ਬਿਲਕੁਲ ਜਾਣੀ ਅਸੀਂ ਆਪ ਕੱਲ੍ਹ ਦਾ ਇਹੀ ਪਾਣੀ ਵਗੈਰਾ ਪੀਣ ਡਏ ਹਾਂ ਅਤੇ ਅਸੀਂ ਇੱਥੇ ਇੱਕ ਰੈਸਟੋਰੈਂਟ ਵਾਲੇ ਨੂੰ ਵੀ ਪੁੱਛਿਆ ਸੀ ਨਾ ਉਹ ਕਹਿੰਦਾ ਵੀ ਜਿੱਥੋਂ ਮਰਜ਼ੀ ਪੀ ਲਓ ਵੀ ਐਨ ਮਾਊਂਟੇਨਸ ਦਾ ਪਾਣੀ ਆ ਗਲੇਸ਼ੀਅਰਸ ਦਾ ਐਨ ਆ ਹਾਂ ਆਹ ਵੇਖੋ ਨਾ ਆਹ ਡਿੱਗ ਰਿਹਾ ਜੀ ਚਸ਼ਮੇ ਆਹੋ ਆਹ ਵਗਰੀ ਜੇ ਨਹਿਰ ਤੇ ਵਾ ਪਾਣੀ ਵੀ ਉਹ ਉੱਥੋਂ ਆ ਰਿਹਾ ਜੇ ਆਹ ਵੇਖੋ ਵਹਾਂ ਸੇ ਪਾਣੀ ਕਲੀਅਰ ਵੇਖੋ ਭਾਈ ਇੱਥੇ ਲੱਗਦਾ ਵੀ ਆ ਥੱਲੇ ਤੱਕ ਦੀਦਾ ਆਹੋ ਚਲ ਐਸ ਭਾਈ ਦਾ ਲੇ ਲਦਾਖ ਚ ਵੀ ਇਦਾਂ ਹੀ ਆ ਹਾਂ ਹਾਂ ਆਪਣੇ ਵੀ ਬਟ ਜਿੱਦਾਂ ਅੱਜ ਕੱਲ੍ਹ ਆਪਣੇ ਥੋੜੀ ਵੱਧ ਗਿਆ ਉੱਥੇ ਟੂਰਿਜ਼ਮ ਹਾਂ ਹਾਂ ਮੇ ਵੀ ਉਹ ਪੀਣ ਲਾਇਕ ਨਾ ਰਹਿ ਜੇ ਥੋੜੇ ਉਹਦੇ ਟਾਈਪ ਨਹੀਂ ਹੁਣ ਆਪਣਾ ਵੀ ਜਿਹੜਾ ਗੰਗਾ ਜਲ ਦੀ ਜਿਹੜੀ ਭਰੀ ਉਹ ਹੋਊਗੀ ਰਸਮ ਹਨਾ ਹੋ ਤੇ ਪ੍ਰਾਤਨੀ ਪ੍ਰਾਤਨੀ ਹਾਂ ਇਹ ਵੀ ਹੋ ਵੀ ਇਹ ਸ਼ੁੱਧ ਪਾਣੀ ਹਾਂ ਬਟ ਹੁਣ ਤੇ ਉਹ ਨਾਂ ਦਾ ਹੀ ਗੰਗਾ ਆਉਂਦਾ ਤੇ ਉਹ ਵੀ ਗਲੇਸ਼ੀਅਰ ਸਾਰੀਆਂ ਚੱਲ ਨਜ਼ਾਰਾ ਤੇ ਇਦਾਂ ਹੀ ਨਿਕਲਦੀਆਂ ਵੀ ਉਹ ਵੀ ਪਿਓਰ ਹੀ ਹੋਣਾ ਕਿਸੇ ਟਾਈਮ ਮੇ ਵੀ ਜਿਹੜਾ ਤਾਂ ਸੋਰਸ ਆ ਉੱਥੋਂ ਤੇ ਹਜੇ ਵੀ ਪਿਓਰ ਹੀ ਹੋਏ ਪਰ ਅੱਗੇ ਅੱਗੇ ਜਾ ਕੇ ਲੋਕ ਜ਼ਿਆਦਾ ਛੇੜਖਾਨੀ ਨਹੀਂ ਕਰਦੇ ਬਾਕੀ ਜਿੰਨਾ ਸਾਫ ਸਫਾਈ ਆ ਸਾਡਾ ਆਪ ਨੀ ਜੀ ਕਰਦਾ ਕੋਈ ਕਾਗਜ਼ ਵੀ ਸੁੱਟ ਗਿਆ ਹਨਾ ਮੈਂ ਹੁਣ ਉਹ ਝਾੜੂ ਲਾਇਆ ਸੀ ਤੇ ਜੋ ਵੀ ਨਿੱਕੀ ਨਿੱਕੀ ਚੀਜ਼ ਸੀ ਵੀ ਚੱਲ ਜਿਹੜੀ ਮਿੱਟੀ ਘੱਟਾ ਉਹਦੇ ਰਲ ਹੀ ਜਾਣਾ ਮਿੱਟੀ ਘੱਟੇ ਜਾਣਾ ਜਿਹੜਾ ਪੇਪਰ ਆ ਜਾਂ ਕੋਈ ਪਲਾਸਟਿਕ ਉਹੋ ਜਿਹੀ ਚੀਜ਼ ਆਪਾਂ ਚੱਕ ਮਾਰੀ ਸਾਰੀ ਲੋਕਾਂ ਦੇ ਨਾ ਚਿਹਰੇ ਦੇ ਉੱਤੇ ਵੀ ਦਿਖਦੀ ਆ ਵੀ ਸ਼ਾਂਤ ਜੇ ਆ ਨਾ ਜਿਹੜੇ ਭਾਜੀ ਗੱਲ ਉਹੀ ਆ ਨਾ ਵੀ ਤਨਖਾਹਾਂ ਚੰਗੀਆਂ ਮਰੋ ਮਾਰੀ ਨੀ ਹੈਗੀ
ਹੈਨਾ ਤੇ ਇੱਕ ਉਹ ਵੀ ਬੜੀ ਵੱਡੀ ਚੀਜ਼ ਹੈ ਇੱਕ ਹਾਂ ਫਾਈਨੈਂਸ਼ੀਅਲੀ ਉਹ ਇਹ ਨਹੀਂ ਕੋਈ ਬੇਰੁਜ਼ਗਾਰੀ ਬੜੀ ਹੈ ਹੈਨਾ ਕੰਮ ਨਹੀਂ ਲੱਭਣਾ ਸੋ ਉਹ ਗੱਲਾਂ ਸੂਦਾ ਉਹਨਾਂ ਦਾ ਕੰਮ ਦੂਜੀ ਪੁਰਾਤਨ ਉਸੇ ਜੀ ਜੋ ਹੈਗਾ ਵਾ ਉਹਨੂੰ ਯਾਰ ਭਾਈ ਸਾਰੇ ਤੁਸੀਂ ਵੇਖ ਹੀ ਚੁੱਕੇ ਆ ਲੋਕ ਨਵੇਂ ਘਰ ਘੱਟ ਬਣਦੇ ਆ ਸਾਰੀ ਦੁਨੀਆਂ ਚ ਕ੍ਰਾਈਸਿਸ ਆਈ ਸਪੇਨ ਸਭ ਤੋਂ ਜਿਆਦਾ ਤਾਂ ਰੁਲਿਆ ਸੀ ਸਪੇਨ ਨੇ ਜਦੋਂ ਉਦੋਂ ਘਰਾਂ ਦਾ ਬੂਮ ਬੜਾਇਆ ਸੀ ਨਾ ਪ੍ਰੋਪਰਟੀ ਦਾ ਨਵੇਂ ਘਰ ਸਪੇਨ ਨੇ ਵੀ ਉਹਦੇ ਵਿਚ ਹਿੱਸਾ ਲੈ ਲਿਆ ਸਪੇਨ ਵੀ ਦੇਹ ਤਰੇ ਦੀ ਘਰ ਬਣਾਈ ਗਿਆ ਉਹ ਭਾਜੀ ਅਜੇ ਤੱਕ ਵਿਹਲੇ ਪਏ ਆ ਰੈਜੀਡੈਂਸ਼ੀਅਲ ਏਰੀਆ ਬੈਂਕਾਂ ਅੰਨੇ ਵਾਹ ਇਨਵੈਸਟ ਕਰੀ ਗਈਆਂ ਹਨਾ ਨਵੇਂ ਰੈਜੀਡੈਂਸ਼ੀਅਲ ਖੜੀ ਕਰੀ ਗਈਆਂ ਲੋਕ ਹੈ ਨਹੀਂ ਹਾਂ ਹਾਂ ਉਧਰਲੀ ਸਾਈਡ ਉਹ ਕੱਪੜੇ ਧੋਣ ਵਾਲਾ ਕਾਰਜ ਸੰਪੰਨ ਕਰਕੇ ਆਏ ਆ ਹਾਂ ਇਹ ਹਾਂ ਇਹ ਹਾਂ ਇਹਨੂੰ ਆਪਾਂ 5 ਸਟਾਰ ਹੀ ਦੇ ਕੇ ਜਾਵਾਂਗੇ ਪਰ ਡੇ ਰਹਿਣ ਡੇ ਆਪਾਂ ਆਪਣਾ ਹੋਟਲ ਜਿੱਥੇ ਮਰਜ਼ੀ ਲਿਜਾ ਸਕਦੇ ਆ ਬਟ ਫੂਡ ਆਪਣਾ ਨਾਲ ਲੈ ਕੇ ਓਹਦਾ ਮਹਿੰਗਾ ਜਿਹਾ ਬਟ ਫੂਡ ਦੀ ਕੁਆਲਿਟੀ ਬੜੀ ਵਧੀਆ ਸੀ ਭਾਜੀ ਯੂਜ਼ੁਅਲੀ ਜਦੋਂ ਏਦਾਂ ਟੂਰਿਸਟ ਲੋਕੇਸ਼ਨ ਦੇ ਰੈਸਟੋਰੈਂਟ ਹੁੰਦੇ ਆ ਨਾ ਉਹਦੇ ਮਹਿੰਗੇ ਹੀ ਆ ਬਟ ਉਹਨਾਂ ਨੂੰ ਪਤਾ ਕਿਹੜਾ ਰਿਟਰਨਿੰਗ ਕਸਟਮਰ ਆ ਨਾ ਸਭ ਕੁਝ ਹੀ ਚਲਾਈ ਜਾਂਦੇ ਆ ਬਟ ਫੂਡ ਦੀ ਕੁਆਲਿਟੀ ਅਦਰਵਾਈਜ਼ ਬਹੁਤ ਵਧੀਆ ਭਾਜੀ ਅੱਜ ਕੱਲ੍ਹ ਜਿਹੜਾ ਟ੍ਰਿਪ ਐਡਵਾਈਜ਼ਰ ਹੋ ਗਿਆ ਨਾ ਜਾਂ ਇੱਦਾਂ ਦੀਆਂ ਜੋ ਵੀ ਰੇਟ ਤੁਹਾਡੀ ਹੈਲਪ ਆ ਨਾ ਮੇਰੇ ਖਿਆਲ ਸਾਡੇ ਟ੍ਰਿਪ ਐਡਵਾਈਜ਼ਰ ਆ ਮੇਨ ਪਾਣੀ ਠੰਡਾ ਹੋਣਾ ਪੂਰਾ ਹੋਰ ਬੜਾ ਵਧੀਆ ਲੱਗਦਾ ਗਲੇਸ਼ੀਅਰ ਦਾ ਓਹਦਾ ਪਾਣੀ ਹੈ ਲਓ ਜੀ ਜਿਹੜੇ ਭਾਈ ਦੇ ਰਿਸ਼ਤੇਦਾਰ ਆ ਵੀਡੀਓ ਸ਼ਾਇਦ ਪਹਿਲਾਂ ਹੀ ਪੈ ਜਾਣੀ ਹੈ ਗਲੇਸ਼ੀਅਰ ਦਾ ਪਾਣੀ ਪੀਣਾ ਤਾਂ ਘਰੇ ਮੇਰੇ ਨਾਲ ਹੀ ਪਹੁੰਚ ਜਾਓ ਇੱਕ ਇੱਕ ਗਲਾਸ ਮਿਲਣਾ ਬਸ ਗਲੇਸ਼ੀਅਰ ਦੇ ਪਾਣੀ ਦੀ ਚਾਹ ਬਣਾ ਕੇ ਸਾਰਿਆਂ ਨੂੰ ਪਿਆ ਦਿਓ ਪੈਗ ਚ ਵੀ ਪੈ ਜਾਂਦਾ ਬਟ ਨਹੀਂ ਬਾਕੀ ਅਮੀਨ ਏਦਾਂ ਨੀ ਸੱਚੀ ਬੜਾ ਸਵਾਦ ਹੈ ਪਾਣੀ ਕੱਲ ਵੀ ਪੀ ਕੇ ਗਿਆ ਚਲੋ ਓਕੇ ਭਾਜੀ ਯਾਦਾਂ ਕੱਠੀਆਂ ਲੈ ਕੇ ਤੇ ਨਾਲ ਭਾਜੀ ਭਾਜੀ ਆਪਾਂ ਉਹ ਵੀ ਜਾਣਾ ਸੱਚ ਘੰਟੀਆਂ ਟੋਲ ਦੇ ਆਹੋ ਓਕੇ ਓਕੇ ਉਹ ਆਪਾਂ ਇੱਥੋਂ ਲੰਘਦੇ ਆ ਇੱਕ ਉਹ ਜਿਹੜਾ ਉਹ ਇੱਕ ਇੱਥੇ ਹੈਗਾ ਵਾ ਵਾਟਰਫਾਲ ਜਿਹਾ ਵਾ ਪਹਾੜਾਂ ਦੇ ਵਿੱਚ ਉਹ ਦੇਖਣਾ ਤੇ ਉਹ ਜਾਨੀ ਕਿ ਅਨਰੀਅਲ ਜਿਹੀ ਆ ਜਾਨੀ ਕਿ ਇੰਨਾ ਉਹਦਾ ਐਂ ਲੱਗਦਾ ਵੀ ਉਹਨੇ ਪਹਾੜ ਹੀ ਪਾੜ ਦੇਣੀ ਹੈ ਨਾ ਵੀ ਉਹਦੀ ਸਾਊਂਡ ਇੰਨੀ ਸਖਤ ਡਿੱਗਦਾ ਉਹਨੇ ਵਾਕੇ ਓਕੇ ਓਕੇ ਇਹ ਤਾਂ ਹੈ ਇੰਟਰਲਾਕਿੰਗ ਵਾਧੂ ਚੋਕਲੇਟਾਂ ਜਾਨੀ ਕਿ ਉੱਥੇ ਜਿੱਥੇ ਬਣਦੀਆਂ ਹੀ ਆ ਨਾ ਨਾਲ ਨਾਲ ਬਣਾਈ ਜਾਂਦੇ ਆ ਆਪਣੀ ਕੋਸ਼ਿਸ਼ ਹੋ ਗਈ ਅੱਜ ਆਪਾਂ ਇੰਟਰਲਾਕ ਉਸ ਤੋਂ ਬਾਅਦ ਪਹਾੜੀ ਜੀ ਤੇ ਰਾਤ ਨੂੰ ਆਪਾਂ ਮਿਲਾਨ ਨਾਲ ਨੂੰ ਤੁਰਪਾਂਗੇ ਚਲੋ ਚਾਹ ਪੀਏ ਰਾਏ ਸਾਹਿਬ ਨੇ ਬਣਾਈ ਹੋਣੀ ਅੱਛਾ
ਉਹ ਕਹਿੰਦੀ ਲੂਸਰਨ ਬਗੈਰ ਜਾਏ ਬਗੈਰ ਨਾ ਜਾਏ ਉਹ ਲੂਸਰਨ ਬਹੁਤ ਸੋਹਣਾ ਹੈ ਕਿਹੜਾ ਲੂਸਰਨ ਸ਼ਹਿਰ ਹੈ ਕੋਈ ਅੱਛਾ ਯੂ ਐਸ ਸੀ ਆ ਰਹੀ ਹੈ ਉਹ ਤਾਂ 5 ਸਾਲ ਰਹੀ ਆ ਫਿਰ ਉਹਦਾ ਵਿਆਹ ਹੋ ਗਿਆ ਸੀਗਾ ਅਮਰੀਕਾ ਅੱਛਾ ਹੁਣ ਯੂ ਐਸ ਆਰਮੀ ਚ ਹੈ ਕਿ ਹਾਂ ਤੇ ਇਸ ਟਾਈਮ ਜਰਮਨੀ ਆ ਮਨੋਜ ਉਹਨੇ ਸਟੋਰੀ ਅੱਛਾ ਹਾਂ ਹਾਂ ਜਰਮਨੀ ਆ ਉਹ ਕਹਿੰਦੀ ਕੋਈ ਯੂਕਰੇਨ ਦਾ ਤੇ ਰਸ਼ੀਆ ਦਾ ਰੋਲਾ ਜਿਹਾ ਚੱਲਣ ਦਾ ਹਾਂਜੀ 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 ਉੱਥੇ ਫਿਰ ਉਹਨਾਂ ਨੇ ਅਮਰੀਕਨ ਆਰਮੀ ਡਿਪਲੋਏ ਕੀਤੀ ਆ ਅੰਕਲ ਨੂੰ ਪੈ ਗਿਆ ਸੀ ਅੱਗੋਂ ਬਦਤਮੀਜ਼ ਨਿਆਣਾ ਚਿੜੀ ਮਿੱਧ ਤੀ ਜੇ ਭਾਜੀ ਜਿਦਾਂ ਕਰਦੇ ਨੀ ਹੁੰਦੇ ਜਿਦਾਂ ਬੁਰਜ ਖਲੀਫਾ ਦੇ ਉੱਤੇ ਮੈਚ ਖੇਡਿਆ ਉਹਨਾਂ ਨੇ ਟੈਨਿਸ ਦਾ ਇਹ ਉਹੀ ਆ ਲੋਟਰ ਬਰਨ ਦੀਆਂ ਪਹਾੜੀਆਂ ਚ ਪਹਿਲਾ ਮੈਚ ਕੰਬੀਨੇਸ਼ਨ ਵੇਖ ਲੋ ਸਵਿਟਜ਼ਰਲੈਂਡ ਦੀਆਂ ਪਹਾੜੀਆਂ ਚ ਚਾਹ ਦੇ ਨਾਲ ਵੇਸਣ ਦੇ ਲੱਡੂ ਆ ਜਾ ਸਾਡੇ ਚਾਹ ਵਾਲਾ ਪਤੀਲਾ ਹੋਰ ਗੱਲਾਂ ਦੀਆਂ ਗੱਲਾਂ ਭਾਈ ਨੇ ਘਰ ਦੀ ਕਮੀ ਨੀ ਮਹਿਸੂਸ ਹੋਣ ਦਿੱਤੀ ਆਇਆ ਕਦੇ ਕਿੱਥੇ ਚਿਕਨ ਮੇਰੀ ਨੀਂਦ ਕਰਦਾ ਰਿਹਾ ਘਰ ਦੀ ਕਮੀ ਨੀ ਮਹਿਸੂਸ ਹੋਈ ਆਹੋ ਜਿਤਾਉਂਦੇ ਵੀ ਰਹੇ ਬਣਾ ਕੇ ਬਟ ਫਿਰ ਵੀ ਖਵਾਉਂਦੇ ਰਹੇ ਨਾਲ ਨਾਲ ਆਹ ਭਾਜੀ ਹੁਣ ਨਵੀਂ ਡਿਸ਼ ਬਣਾ ਕੇ ਤਿਆਰ ਕਰਕੇ ਲਿਆਏ ਆ ਥੱਲੇ ਹੁਣ ਦਹੀਂ ਕਾਹਦੇ ਨਾਲ ਹੁਣ ਭਾਜੀ ਹੁਣ ਦੇਣਗੇ ਜੀ ਰਿਵਿਊ ਫੂਡ ਰਿਵਿਊ ਕਿੰਨਾ ਭਾਜੀ ਆਊਟ ਆਫ 5 ਚਾਰ ਇੱਕ ਇੱਕ ਸਟਾਰ ਭਰੀ ਆਪ ਹੀ ਆ ਉਹ ਆਪ ਲਾ ਲੈਣਾ ਉਹਨਾਂ ਨੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਭਾਵੇਂ ਕੜੀ ਚ ਪਾ ਦੋ ਕੈਚਪ ਹਰੇਕ ਚੀਜ਼ ਹੀ ਚੱਲਣ ਦੇ ਅਮਰੀਕਨ ਸਾਲਿਆਂ ਦਾ ਕੋਈ ਪਤਾ ਨੀ ਇੱਥੇ ਵੀ ਚਾਹਤਾ ਹੋਏਗਾ
ਕਿੰਨੇ ਨੂੰ ਆ ਲੀਟਰ ਇੱਥੇ ਡੀਜ਼ਲ? 2 ਯੂਰੋ ਨੂੰ 1 ਲੀਟਰ, ਤੇ ਮਤਲਬ ਕਿ ਗੈਲਨ ਹੋ ਗਿਆ 8 ਸਵਾ ਕੁ 7 ਯੂਰੋ ਦਾ। ਬੜਾ ਮਹਿੰਗਾ ਵੇ, 4 ਲੀਟਰ ਹੀ ਆ ਗੈਲਨ ਚ ਹੁੰਦਾ, ਪੌਣੇ 4 ਹੁੰਦਾ, ਪੌਣੇ 4 ਲੀਟਰ। ਬੜਾ ਫਰਕ ਆ, ਹੱਡੇ ਲਾਲਾ ਵੀ ਉਦਾਂ ਮਹਿੰਗਾ ਹੋਇਆ ਵਾ, ਪਰ ਹੁਣ ਐਵਰੇਜ $4 ਨੂੰ ਆ ਗੈਲਨ, ਇੱਥੇ ਤੇ ਆਲਮੋਸਟ ਡਬਲ ਹੀ ਹੋ ਗਿਆ ਸਿੱਧਾ। ਡਬਲ ਨਾਲੇ ਯੂਰੋ ਡਬਲ ਤੋਂ ਵੀ ਜ਼ਿਆਦਾ ਹੋ ਗਿਆ, ਤੇ ਇੰਡੀਆ ਨਾਲੋਂ ਵੀ ਫਿਰ ਮਹਿੰਗਾ ਹੀ ਆ। ਸਵਿਟਜ਼ਰਲੈਂਡ ਦਾ ਰੈਸਟ ਏਰੀਆ ਵੇਖ ਲਓ ਜੀ, ਉਹਦੇ ਵੱਡੀ ਜਿਹੀ ਆ ਜਿੱਦਾਂ ਆਇਆ। ਵੱਡੀ ਇਹ ਤੋਂ ਵੱਡੀ ਹੈ ਜੀ, ਟੱਲੀ ਬਹੁਤ ਮਸ਼ਹੂਰ ਹੈ ਜੀ ਇੱਥੋਂ ਦੀ, ਜਿਹਨੇ ਦਿਲਵਾਲੇ ਦੁਲਹਨੀਆ ਵੇਖੀ ਹੈ ਨਾ। ਚੋਕਲੇਟ ਉਹ ਵੀ ਆਪਾਂ ਐਕਚੁਲੀ ਮੈਂ ਸੋਚਿਆ ਤੋਂ ਮਿਲਾਉਣ ਤੋਂ ਹੀ ਆ, ਕਿਉਂਕਿ ਮਿਲਕ ਚੋਕਲੇਟ ਨਹੀਂ ਆਪਾਂ ਨੂੰ ਪਸੰਦ, ਡਾਰਕ ਚੋਕਲੇਟ ਚਾਹੀਦੀ ਆ, ਉਹ ਕੱਲ੍ਹ ਇਟਲੀ ਤੋਂ ਲਵਾਂਗੇ। ਮਤਲਬ ਛੋਟਾ ਜਿਹਾ ਕੌਫੀ ਹੈ 13 ਫਰੈਂਕ ਦੀ। ਹਾਂਜੀ ਹਾਂਜੀ ਆਪਦੇ ਪੇ ਕਰ ਦਊਂ। ਉਹੀ ਹੈ ਫਿਰ ਨਾ, ਇੱਥੇ ਚੋਕਲੇਟਾਂ ਤਾਂ ਫਿਰ ਮੈਂ ਸੋਚਿਆ ਉੱਥੋਂ ਹੀ ਲਵਾਂਗੇ। ਲੈ ਜੀ, ਇਹ ਸਵਿਟਜ਼ਰਲੈਂਡ ਦੀ ਇੱਕ ਪਛਾਣ ਹੀ ਆ, ਬਟ ਓਵਰਆਲ ਮੇ ਬੀ ਇਹ ਰੈਸਟ ਏਰੀਆ ਤਾਂ ਕਰਕੇ, ਬਟ ਚੀਜ਼ਾਂ ਦੇ ਪ੍ਰਾਈਸ ਬਹੁਤ ਬਹੁਤ ਜ਼ਿਆਦਾ ਨੇ, ਬਟ ਇੱਥੇ ਲੋਕਾਂ ਦੀਆਂ ਸੈਲਰੀਆਂ ਹੀ ਬਹੁਤ ਜ਼ਿਆਦਾ ਨੇ, ਅਤੇ ਮੇ ਬੀ ਲੋਕਾਂ ਨੂੰ ਇੰਨੀ ਪਰਵਾਹ ਨਹੀਂ ਹੁੰਦੀ।